ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਅਮ੍ਰਿਤਾ ਮਦਾਨ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੀ ਹਾਂ। ਦਰਸ਼ਕੋ, ਅੱਜ ਗੱਲ ਕਰਾਂਗੇ 9 ਫਰਵਰੀ 2024 ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ਖਿਡਾਰੀ ਦੇ ਟ੍ਰੇਲਰ ਦੀ, ਜੋ ਕਿ ਆਫਿਸ਼ਲੀ ਰਿਲੀਜ਼ ਹੋ ਗਿਆ ਹੈ। ਸ਼ੁਰੂਆਤ ਕਰਦੇ ਆ ਫਿਲਮ ਦੇ ਕ੍ਰੈਡਿਟਸ ਤੋਂ, ਤਾਂ ਇਸ ਫਿਲਮ ਨੂੰ ਪ੍ਰੈਜੈਂਟ ਕੀਤਾ ਜਾ ਰਿਹਾ ਹੈ GFM ਐਂਡ ਰੈਵਿਸ਼ਿੰਗ ਐਂਟਰਟੇਨਮੈਂਟ ਵੱਲੋਂ। ਇਸ ਫਿਲਮ ਨੂੰ ਲਿਖਿਆ ਹੈ ਧੀਰਜ ਕੇਦਾਰਨਾਥ ਰਤਨ ਨੇ ਔਰ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਮਾਨਵ ਸ਼ਾਹ ਨੇ। ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਪਰਮਜੀਤ ਸਿੰਘ, ਰਵੀਸ਼ ਅਬਰੋਲ, ਆਕਾਸ਼ਦੀਪ ਚੈਲੀ ਤੇ ਗਗਨ ਚੈਲੀ ਨੇ। ਸਟਾਰਕਾਸਟ ਦੀ ਗੱਲ ਕਰੀਏ ਤਾਂ ਇਸ ਫਿਲਮ ਵਿੱਚ ਗੁਰਨਾਮ ਭੁੱਲਰ, ਕਰਤਾਰ ਚੀਮਾ, ਸੁਰਭੀ ਜੋਤੀ, ਪ੍ਰਭ ਗਰੇਵਾਲ, ਨਵਦੀਪ ਕਲੇਰ, ਧੀਰਜ ਕੁਮਾਰ ਤੋਂ ਇਲਾਵਾ ਹੋਰ ਬਹੁਤ ਸਾਰੇ ਆਰਟਿਸਟ ਨਜ਼ਰ ਆਉਣਗੇ। ਆਫਿਸ਼ਲੀ ਇਹ ਜੋ ਫਿਲਮ ਹੈ ਉਹ 9 ਫਰਵਰੀ 2024 ਨੂੰ ਵਰਲਡ ਵਾਈਡ ਰਿਲੀਜ਼ ਕੀਤੀ ਜਾ ਰਹੀ ਹੈ। ਕਹਾਣੀ ਦੀ ਗੱਲ ਕਰੀਏ ਤਾਂ ਇਹ ਜੋ ਫਿਲਮ ਹੈ ਉਹ ਇੱਕ ਸਪੋਰਟਸ ਉੱਤੇ ਬੇਸਡ ਹੈ, ਕਿਉਂਕਿ ਇਸ ਵਿੱਚ ਗੁਰਨਾਮ ਭੁੱਲਰ ਜੋ ਹੈ ਉਹ ਰੈਸਲਰ ਹੁੰਦੇ ਨੇ, ਸੁਰਭੀ ਜੋਤੀ ਵੀ ਇੱਕ ਪਲੇਅਰ ਹੁੰਦੀ ਹੈ ਔਰ ਦੋਵੇਂ ਇੱਕ ਦੂਸਰੇ ਨੂੰ ਪਿਆਰ ਕਰਦੇ ਨੇ। ਪਰ ਗੁਰਨਾਮ ਭੁੱਲਰ ਆਪਣੇ ਬ੍ਰਦਰ ਯਾਨੀ ਕਿ ਕਰਤਾਰ ਚੀਮਾ ਬਾਰੇ ਸੁਰਭੀ ਜੋਤੀ ਨੂੰ ਨਹੀਂ ਦੱਸਦੇ, ਕਿਉਂਕਿ ਕਰਤਾਰ ਚੀਮਾ ਇੱਕ ਗੈਂਗਸਟਰ ਹੁੰਦਾ ਹੈ। ਜਦੋਂ ਸੁਰਭੀ ਜੋਤੀ ਦੇ ਅੱਗੇ ਇੱਕ ਗੱਲ ਖੁੱਲਦੀ ਹੈ, ਉਹ ਆਪਣਾ ਰਿਸ਼ਤਾ ਤੋੜਨ ਦੀ ਗੱਲ ਕਰਦੀ ਹੈ ਔਰ ਗੁਰਨਾਮ ਭੁੱਲਰ ਨੂੰ ਕਹਿੰਦੀ ਹੈ ਕਿ ਤੂੰ ਆਪਣੇ ਬ੍ਰਦਰ ਨੂੰ ਛੱਡ ਦੇ ਮੇਰੇ ਪਿਆਰ ਕਰਕੇ। ਕਿ ਗੁਰਨਾਮ ਭੁੱਲਰ ਆਪਣੇ ਪਿਆਰ ਕਰਕੇ ਆਪਣੇ ਬ੍ਰਦਰ ਨੂੰ ਛੱਡਦੇ ਨੇ ਕਿ ਨਹੀਂ ਛੱਡਦੇ, ਇਹ ਤਾਂ ਖੈਰ ਸਾਨੂੰ ਪਤਾ ਲੱਗੇਗਾ 9 ਫਰਵਰੀ 2024 ਨੂੰ, ਜਦੋਂ ਇਹ ਫਿਲਮ ਵਰਲਡ ਵਾਈਡ ਰਿਲੀਜ਼ ਕੀਤੀ ਜਾਏਗੀ। ਓਵਰਆਲ ਜੇ ਗੱਲ ਕਰੀਏ ਇਸ ਟ੍ਰੇਲਰ ਦੀ, ਤਾਂ ਫਿਲਮ ਦੀ ਜੋ ਕਹਾਣੀ ਹੈ ਔਰ ਜੋ ਕੰਸੈਪਟ ਹੈ ਬਹੁਤ ਹੀ ਡਿਫਰੈਂਟ ਲੱਗ ਰਿਹਾ ਹੈ। ਇਸ ਫਿਲਮ ਵਿੱਚ ਬਹੁਤ ਹੀ ਜ਼ਿਆਦਾ ਰੋਲਰ ਕੋਸਟਰ ਸਾਨੂੰ ਦੇਖਣ ਨੂੰ ਮਿਲੇਗਾ ਇਮੋਸ਼ਨਸ ਦਾ, ਐਕਸ਼ਨ ਵੀ ਸਾਨੂੰ ਦੇਖਣ ਨੂੰ ਮਿਲੇਗਾ। ਆਲਰੇਡੀ ਇਸ ਫਿਲਮ ਦੇ 3 ਗਾਣੇ ਰਿਲੀਜ਼ ਹੋ ਚੁੱਕੇ ਨੇ ਜੋ ਲੋਕਾਂ ਨੂੰ ਕਾਫੀ ਪਸੰਦ ਆ ਰਹੇ ਨੇ। ਜੇ ਮੈਂ ਟ੍ਰੇਲਰ ਦੀ ਗੱਲ ਕਰਾਂ ਤਾਂ ਖਿਡਾਰੀ ਫਿਲਮ ਦਾ ਟ੍ਰੇਲਰ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਔਰ ਹੁਣ ਤੱਕ ਇਸ ਟ੍ਰੇਲਰ ਦੇ 3 ਮਿਲੀਅਨ ਤੋਂ ਵੱਧ ਵਿਊਜ਼ ਹੋ ਚੁੱਕੇ ਨੇ। ਫੈਨਸ ਵੀ ਬੇਸਬਰੀ ਨਾਲ ਇਸ ਫਿਲਮ ਦੀ ਵੇਟ ਕਰ ਰਹੇ ਨੇ, ਜਿਸਦਾ ਸਬੂਤ ਹੈ ਆਫਿਸ਼ੀਅਲ ਟ੍ਰੇਲਰ ਦੇ ਥੱਲੇ ਆਏ ਕਮੈਂਟਸ। ਪੰਜਾਬ ਪਲੱਸ ਟੀਵੀ ਦੇ ਰਿਹਾ ਹੈ 9 ਫਰਵਰੀ 2024 ਨੂੰ ਰਿਲੀਜ਼ ਹੋਣ ਜਾ ਰਹੀ ਖਿਡਾਰੀ ਫਿਲਮ ਦੇ ਟ੍ਰੇਲਰ ਨੂੰ 4 ਸਟਾਰਸ। ਤੁਸੀਂ ਵੀ ਸਾਨੂੰ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਇਸ ਫਿਲਮ ਦਾ ਟ੍ਰੇਲਰ ਕਿਵੇਂ ਦਾ ਲੱਗਿਆ। ਇਸ ਤਰ੍ਹਾਂ ਦੇ ਹੋਰ ਅਪਡੇਟਸ ਦੇ ਲਈ ਜੁੜੇ ਰਹੋ ਪੰਜਾਬ ਪਲੱਸ ਟੀਵੀ ਦੇ ਨਾਲ, ਤੇ ਹੁਣ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।